ਸਤਿ ਸ਼੍ਰੀ ਅਕਾਲ ਜੀ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵਿੱਚ ਕੁਝ ਆਪਣੇ ਬੱਚੇ ਅਜਿਹੇ ਹੁੰਦੇ ਹਨ ਜੋ ਆਪਣੇ ਡੇਲੀ ਲਿਵਿੰਗ ਸਕਿੱਲਸ ਵੀ ਨਹੀਂ ਕਰ ਪਾਉਂਦੇ, ਜਿਵੇਂ ਬ੍ਰਸ਼ ਕਰਨਾ, ਕੰਘੀ ਕਰਨਾ, ਸ਼ੂਜ਼ ਪਾਉਣਾ, ਸੌਕਸ ਪਾਉਣਾ, ਉਹ ਨਹੀਂ ਕਰ ਪਾਉਂਦੇ। ਬੱਚੇ ਨੂੰ ਇਹਨਾਂ ਕੰਮਾਂ ਵਿੱਚੋਂ ਮੈਂ ਅੱਜ ਇੱਕ ਕੰਮ, ਸੌਕਸ ਪਾਉਣਾ ਸਿਖਾਵਾਂਗੀ। ਸੌਕਸ ਪਾਉਣ ਵਾਸਤੇ ਅਸੀਂ ਬੱਚੇ ਨੂੰ ਅੱਜ ਪ੍ਰੌਂਪਟ ਦੀ ਯੂਜ਼ ਕਰਾਂਗੇ, ਜਿਵੇਂ ਕਿ ਵਰਬਲ, ਫਿਜ਼ੀਕਲੀ, ਮਾਡਲਿੰਗ। ਇਸ ਦੇ ਥਰੂ ਮੈਂ ਬੱਚੇ ਨੂੰ ਸੌਕਸ ਪਾਉਣਾ ਸਿਖਾਵਾਂਗੀ। ਇਸ ਬੱਚੇ ਦੀ ਸਹਾਇਤਾ ਦੇ ਨਾਲ ਮੈਂ ਅੱਜ ਤੁਹਾਨੂੰ ਸੌਕਸ ਪਾਉਣਾ ਸਿਖਾਵਾਂਗੀ। ਸੌਕਸ ਪਾਉਣਾ ਸਿਖਾਉਣ ਦੇ ਵਿੱਚ ਸਭ ਤੋਂ ਪਹਿਲਾਂ ਵਰਬਲ ਪ੍ਰੌਂਪਟ ਦਾ ਯੂਜ਼ ਕੀਤਾ ਜਾਂਦਾ ਹੈ। ਵਰਬਲ ਪ੍ਰੌਂਪਟ ਵਿੱਚ ਬੱਚੇ ਨੂੰ ਬੋਲ ਕੇ ਦੱਸਿਆ ਜਾਂਦਾ ਹੈ ਕਿ ਬੱਚੇ ਸੌਕਸ ਪਾਓ, ਚਲੋ ਬੱਚੇ ਸੌਕਸ ਪਾਓ, ਸੌਕਸ ਪਾਓ। ਬੱਚਾ ਕਹਿਣ 'ਤੇ ਸੌਕਸ ਪਾਵੇਗਾ। ਬੱਚੇ ਸੌਕਸ ਪਾਓ, ਵੈਰੀ ਗੁੱਡ, ਇਸਨੂੰ ਨੀਚੇ ਲੈ ਕੇ ਜਾਓ, ਵੈਰੀ ਗੁੱਡ, ਓਕੇ। ਵਰਬਲ ਪ੍ਰੌਂਪਟ ਤੋਂ ਬਾਅਦ ਬੱਚੇ ਨੂੰ ਫਿਜ਼ੀਕਲੀ ਪ੍ਰੌਂਪਟ ਰਾਹੀਂ ਸੌਕਸ ਪਾਵਾਂਗੇ। ਬੱਚੇ ਨੂੰ ਫਿਜ਼ੀਕਲੀ ਪ੍ਰੌਂਪਟ ਹਮੇਸ਼ਾ ਪਿੱਛੋਂ ਦੀ ਦਿੱਤਾ ਜਾਂਦਾ ਹੈ। ਬੱਚੇ ਦੇ ਹੱਥ ਫੜ ਕੇ ਉਸਨੂੰ ਕਹਾਂਗੇ ਕਿ ਚਲੋ ਬੱਚੇ ਸੌਕਸ ਪਾਓ। ਬੱਚਾ ਟੀਚਰ ਦੀ ਸਹਾਇਤਾ ਦੇ ਨਾਲ ਸੌਕਸ ਪਾਵੇਗਾ। ਵੈਰੀ ਗੁੱਡ, ਸ਼ਾਬਾਸ਼, ਵੈਰੀ ਗੁੱਡ, ਵੈਰੀ ਗੁੱਡ। ਉਹ ਫਿਜ਼ੀਕਲੀ ਪ੍ਰੌਂਪਟ ਤੋਂ ਬਾਅਦ ਬੱਚੇ ਨੂੰ ਮਾਡਲਿੰਗ ਦੇ ਰਾਹੀਂ ਸੌਕਸ ਪਾਉਣਾ ਸਿਖਾਇਆ ਜਾਏਗਾ। ਮਾਡਲਿੰਗ ਵਿੱਚ ਬੱਚੇ ਨੂੰ ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਮੈਂ ਉਸਨੂੰ ਸੌਕਸ ਪਾਉਣਾ ਸਿਖਾ ਰਹੀ ਹਾਂ, ਬੱਚਾ ਵੀ ਮੈਨੂੰ ਵੇਖ ਕੇ ਉਸੇ ਤਰ੍ਹਾਂ ਹੀ ਸੌਕਸ ਪਾਏਗਾ। ਚਲੋ ਬੱਚੇ ਆਪਣੇ ਸੌਕਸ ਨੂੰ ਇੰਜ ਬਲ ਪਾਓ, ਵੈਰੀ ਗੁੱਡ। ਹੁਣ ਇਸਨੂੰ ਪੈਰਾਂ 'ਚ ਪਾਓ, ਵੈਰੀ ਗੁੱਡ, ਪਾਓ, ਸ਼ਾਬਾਸ਼। ਉਸਨੂੰ ਹੌਲੀ ਹੌਲੀ ਉੱਪਰ ਲੈ ਕੇ ਜਾਓ, ਹੌਲੀ ਹੌਲੀ ਉੱਪਰ ਲੈ ਕੇ ਜਾਓ, ਵੈਰੀ ਗੁੱਡ। ਹੌਲੀ ਹੌਲੀ ਬੱਚਾ ਸੌਕਸ ਨੂੰ ਉੱਪਰ ਲੈ ਕੇ ਜਾਵੇਗਾ। ਇਸ ਤਰ੍ਹਾਂ ਬੱਚੇ ਦੀ ਸੌਕਸ ਪੈ ਜਾਏ। ਇਸ ਤਰ੍ਹਾਂ ਬੱਚੇ ਨੂੰ ਵਰਬਲ, ਫਿਜ਼ੀਕਲੀ ਅਤੇ ਮਾਡਲਿੰਗ ਪ੍ਰੌਂਪਟ ਰਾਹੀਂ ਸੌਕਸ ਪਾਉਣਾ ਸਿਖਾਇਆ ਜਾਏਗਾ। ਬਟ ਮੈਂ ਹੁਣ ਪੇਰੈਂਟਸ ਨੂੰ ਇਹੀ ਉਮੀਦ ਕਰਦੀ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਡੇਲੀ ਲਿਵਿੰਗ ਸਕਿੱਲਸ ਸਿਖਾਉਣ ਅਤੇ ਉਹਨਾਂ ਨੂੰ ਸੈਲਫ ਡਿਪੈਂਡ ਬਣਾਉਣ। ਧੰਨਵਾਦ।